ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਇੱਕ ਥਾਈਏ ਦਰਸਾਇਆ ਹੈ ਕਿ ਨਾਮ ਨਾਲ ਲਬਾ ਲਬ ਪਰਪੂਰ ਜਿਹੜੇ ਸੰਤ ਮਹਾਪੁਰਖ ਹੁੰਦੇ ਹਨ ਉਹ ਜਿੱਥੇ ਵੀ ਜਾਂਦੇ ਹਨ ਆਪਣੀ ਚੁੱਪ ਪ੍ਰੀਤ ਨਾਲ ਆਪਣੀ ਪ੍ਰੈਜੈਂਸ ਨਾਲ ਕਿਵੇਂ ਲੋਕਾਂ ਦਾ ਜੀਵਨ ਬਦਲ ਦਿੰਦੇ ਹਨ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਸਿਰਲੇਖ ਹੈ ਦੂੰਗਾ ਸ਼ਾਂਤ ਜੀਵਨ ਅਦ੍ਰਿਸ਼ਟ ਜੋਤ ਜਗਾਉਂਦਾ ਹੈ ਇੱਕ ਸਿੱਖ ਇੱਕ ਗਰੀਬ ਦੇ ਘਰ ਗਿਆ ਤੇ ਉਸ ਕੋਲ ਇੱਕ ਦਿਨ ਰਿਹਾ ਤੇ ਚਲਾ ਗਿਆ ਉਸ ਗਰੀਬ ਆਦਮੀ ਵਿੱਚ ਨਵੀਂ ਜਿੰਦ ਧੜਕ اٹਹੀ ਤੇ ਉਸ ਨੂੰ ਇੰਜ ਜਾਪਿਆ ਜਿਵੇਂ ਸਾਰਾ ਆਲਾ ਦੁਆਲਾ ਉਸ ਅੰਗੇ ਚੋਗ ਗਿਆ ਹੋਵੇ ਉਹ ਇੱਕ ਜੀਵਤ ਵਿਅਕਤੀ ਬਣ ਗਿਆ ਜਿਸ ਨੂੰ ਆਪਣੇ ਅੰਦਰ ਨਵੇਂ ਜੀਵਨ ਦੀ ਧੜਕਣ ਦਾ ਆਭਾਸ ਹੋਇਆ ਇਸ ਨਵੇਂ ਜੀਵਨ ਦੇ ਆਗਮਨ ਨਾਲ ਉਸ ਦੇ ਘਰ ਦੀ ਖੁਸ਼ਹਾਲੀ ਵੀ ਆ ਗਈ ਜੀਵਨ ਦੀ ਹਰ ਘਟਨਾ ਉਸ ਲਈ ਸੁਖਦਾਈ ਹੋ ਗਈ ਉਸ ਰੱਬ ਦੇ ਬੰਦੇ ਨੇ ਉਸ ਅੰਦਰ ਕਿਹੜੀ ਤਬਦੀਲੀ ਲੈ ਆਂਦੀ ਸੀ ਕਿ ਉਸ ਲਈ ਸਾਰਾ ਸੰਸਾਰ ਹੀ ਬਦਲ ਗਿਆ ਉਹ ਸਿੱਖ ਫਿਰ ਇੱਕ ਅਮੀਰ ਆਦਮੀ ਕੋਲ ਗਿਆ ਤੇ ਉਸ ਦੇ ਘਰ ਵਿੱਚ ਰਿਹਾ ਉਸ ਨੇ ਉਸ ਨਾਲ ਖਾਣਾ ਖਾਦਾ ਉਸ ਨਾਲ ਹਾਸ ਬਿਨੋਦ ਕੀਤਾ ਜਦੋਂ ਉਹ ਆਪਣਾ ਥਾਉ ਟਿਕਾਣਾ ਦੱਸਣ ਤੋਂ ਬਿਨਾਂ ਉੱਥੋਂ ਵਿਦਾ ਹੋ ਗਿਆ ਤਾਂ ਅਮੀਰ ਆਦਮੀ ਨੇ ਉਸ ਦਾ ਪਿੱਛਾ ਕੀਤਾ ਉਸ ਅਮੀਰ ਆਦਮੀ ਨੇ ਤਾਂ ਦੌਲਤ ਦਾ ਤਿਆਗ ਕਰ ਦਿੱਤਾ ਅਤੇ ਅਗਲੇ ਦਿਨ ਉਸ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਉਸ ਨੂੰ ਇੱਕ ਨਵੀਂ ਬਾਦਸ਼ਾਹਤ ਤੇ ਚੰਦ ਚਾਨਣੀ ਵਰਗੀ ਮਿੱਠੀ ਸ਼ਾਂਤੀ ਪ੍ਰਾਪਤ ਹੋ ਗਈ ਹੋਵੇ ਉਸ ਦੇ ਨੈਣਾਂ ਵਿੱਚ ਕਵੀ ਦੀ ਆਤਮਾ ਜਗਮਗਾ ਉੱਠੀ ਉਸ ਨੂੰ ਹਰ ਥਾਂ ਸੁੰਦਰਤਾ ਹੀ ਸੁੰਦਰਤਾ ਨਜ਼ਰ ਆਈ ਉਹ ਆਪਣੇ ਆਪ ਨੂੰ ਪੰਛੀ ਹਾਰ ਹਲਕਾ ਫੁੱਲ ਤੇ ਹੀਰੇ ਵਾਂਗ ਸ਼ੁਧਨ ਭਾਵ ਕਰਨ ਲੱਗਾ ਉਸ ਰਬ ਦੇ ਬੰਦੇ ਨੇ ਉਸ ਨੂੰ ਅਜਿਹਾ ਕੀ ਕਰ ਦਿੱਤਾ ਸੀ ਕਿ ਸਾਰਾ ਸੰਸਾਰ ਹੀ ਉਸ ਨੂੰ ਬਦਲਿਆ ਹੋਇਆ ਦਿਖਾਈ ਦੇਣ ਲੱਗਾ ਫਿਰ ਉਹ ਸਿੱਖ ਇੱਕ ਰੋਗੀ ਕੋਲ ਪੁੱਜਾ ਜਿਹੜੀ ਸੁਹਾਣੀ ਬਿਮਾਰ ਸੀ ਉਸ ਨੂੰ ਸਾਰਾ ਪਰਿਵਾਰ ਪਿਆਰ ਕਰਦਾ ਸੀ ਉਸ ਬਿਮਾਰ ਸੁਹਾਣੀ ਦੀਆਂ ਤੀਆਂ ਦੇ ਹੱਥੋਂ ਉਸ ਰੱਬੀ ਬੰਦੇ ਨੇ ਪ੍ਰਸ਼ਾਦ ਛਕਿਆ ਜਦੋਂ ਉਹ ਉੱਥੋਂ ਅੱਗੇ ਚਲਾ ਗਿਆ ਤਾਂ ਰੋਗੀ ਇਸਤਰੀ ਨਵ ਉਬਰ ਨਵ ਹੋ ਗਈ ਉਸ ਰੱਬ ਦੇ ਬੰਦੇ ਨੇ ਕੀ ਕੀਤਾ ਸੀ ਕਿ ਉਹ ਬਿਮਾਰ ਇਸਤਰੀ ਤੰਦਰੁਸਤ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ